ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦਾ ਤੁਸੀਂ ਸਾਰੇ ਹੀ ਵਧੀਆ ਹੋਵੋਗੇ। ਅਤੇ ਅੱਜ ਮੰਗਲਵਾਰ ਦਾ ਦਿਨ ਆ, 12 ਵਜ ਗਏ, ਕਲਾਸ ਆ ਸਾਡੀ 2 ਵਜੇ। ਅਤੇ ਇੱਧਰਲੇ ਪਾਸੇ ਪਿੱਛੇ ਮੇਰੇ ਦੋਸਤ ਖਰਾਰਾ ਪਾ ਕੇ ਬੈਠੇ ਆ, ਅਤੇ ਇੱਧਰਲੇ ਪਾਸੇ ਆ ਸਾਡੇ ਦੋਸਤ ਹਰਪ੍ਰਭ ਸਿੰਘ। ਹੈਲੋ। ਅੱਜ ਕੋਈ ਖਾਣ ਨੂੰ ਪਿਆ ਨਹੀਂ ਸੀਗਾ, ਦਵਾਈ ਬਣਾ ਲਈ ਸਬਜ਼ੀ। ਆ ਦੇਖੋ, ਪਿਆਜ਼ ਨਾਲ ਮਟਰ ਪਾਏ ਆ ਅਤੇ ਰੋਟੀਆਂ ਬਣਾਈਆਂ। ਕੈਨੇਡਾ 'ਚ ਬਹੁਤ ਰੇਅਰ ਆ ਕਿ ਲੋਕ ਰੋਟੀ ਬਣਾਉਂਦੇ ਆ, ਡੱਬਾ ਹੀ ਬਾਹਰ ਜ਼ਿਆਦਾਤਰ ਲਾਉਂਦੇ ਆ, ਪਰ ਅਸੀਂ ਜ਼ਿਆਦਾਤਰ ਘਰ ਰੋਟੀ ਬਣਾਈ ਦੀ ਹੈ। ਹੋਰ ਅੱਜ ਤੋਂ ਕੋਈ ਸਪੈਸ਼ਲ ਤਾਂ ਕਰਨ ਨੂੰ ਹੈ ਨਹੀਂ, ਕੋਲੇ ਜਾਵਾਂਗੇ। 8 ਵਜੇ ਤੱਕ ਕਲਾਸਾਂ ਸਾਡੀਆਂ। ਹੋ ਚਲੋ ਜੀ, ਚਲੋ ਹੁਣ ਅਸੀਂ ਮੈਂ ਚੱਲੇ ਹਾਂ ਕਾਲਜ, ਅਤੇ ਪਹਿਲਾਂ ਹੋਵਾਂਗੀ ਰੋਜ਼ ਲੇਟ। ਲੇਟ ਹੋ ਗਿਆ ਫਾਈਨਲੀ ਅਸੀਂ ਪਹੁੰਚ ਗਏ ਕਾਲਜ। ਸਾਰੇ ਪਾਸੇ ਸ਼ਾਂਤੀ ਦਾ ਮਾਹੌਲ ਆ, ਦੂਰ ਦੂਰ ਤੱਕ ਕੋਈ ਨਜ਼ਰ ਨਹੀਂ ਆ ਰਿਹਾ। ਕੁੜੀ ਸਾਡੀ ਅਜੇ ਸੁਸਤੀ ਪਾਈ ਹੈ। ਹੈਲੋ, ਚਲੋ ਕੋਈ ਨਹੀਂ। ਨੋਟਿਸ ਕੀ ਸਾਡਾ ਸਟੂਡੈਂਟ ਕੀ ਨਹੀਂ, ਸਾਡੀ ਕੋਈ ਹੈ ਨਹੀਂ ਹੈ ਕਿਉਂਕਿ ਬੰਦ ਹੋ ਗਿਆ। ਦੋਸਤੋ, ਹੁਣੇ ਹੁਣੇ ਕਲਾਸ ਖਤਮ ਹੋਈ ਹੈ, ਅਤੇ ਕਲਾਸ ਤੋਂ ਬਾਅਦ ਅਸੀਂ ਘਰ ਨੂੰ ਆ ਗਏ ਅੱਧੇ ਘੰਟੇ ਲਈ। ਅਤੇ 6 ਵਜੇ ਤੋਂ ਸਾਡੀ ਕਲਾਸ ਫਿਰ ਦੁਬਾਰਾ, ਪਿੱਛੇ ਵੀ ਦੇਖ ਸਕਦੇ ਤੁਸੀਂ। ਆਹ ਏਰੀਆ ਥੋੜ੍ਹਾ ਸਾਡੇ ਘਰ ਤੋਂ ਦੂਰ ਪੈ ਜਾਂਦਾ ਮੇਰੇ ਦੋਸਤ ਦੇ ਘਰ ਵੱਲ ਨੂੰ, ਪਰ ਬਹੁਤ ਸੋਹਣਾ ਹੈ, ਪਿੱਛੇ ਦੇਖ ਸਕਦੇ ਤੁਸੀਂ। ਕਾਫੀ ਵਧੀਆ ਹੈ ਗ੍ਰੀਨਰੀ, ਦਿਨ ਤਾਂ ਬੜੀ ਛੇਤੀ ਨਿਕਲ ਜਾਂਦਾ, ਇੱਥੇ ਪਤਾ ਵੀ ਨਹੀਂ ਲੱਗਦਾ ਕਦੋਂ ਨਿਕਲ ਜਾਂਦਾ। ਕਲਾਸ ਰਾਈਟ, ਫਿਰ ਕਲਾਸ, ਫਿਰ 2 ਘੰਟੇ ਦੀ ਬ੍ਰੇਕ। ਸੋ ਚਲੋ, ਹੁਣ ਮੈਂ ਤੁਹਾਨੂੰ ਆਪਣੇ ਦੋਸਤ ਦੀ ਬੇਸਮੈਂਟ ਦਿਖਾਉਣਾ, ਜਿੱਥੇ ਆਈ ਜੇ ਰਹਿੰਦਾ। ਆ ਇੱਕ ਲੌਬੀ ਹੈ, 750 ਜਿਹੜਾ ਇਹਦਾ ਰੈਂਟ ਆ ਬੇਸਮੈਂਟ ਦਾ। ਅਤੇ ਆਹ ਜਿਹੜੀ ਇਹਦੀ ਕਿਚਨ ਆ ਇੱਥੇ, ਅਤੇ ਇਹ ਥੱਲੇ ਜਿਹੜਾ ਇਹ ਰੱਗ ਬੜਾ ਵਧੀਆ ਵਿਛਿਆ ਹੁੰਦਾ ਕਿ ਤੁਸੀਂ ਥੱਲੇ ਬਹਿ ਕੇ ਵੀ ਸੋ ਸਕਦੇ ਹੋ। ਇਹ ਦੇਖੋ, ਸੋ ਆਹ ਇੱਕ ਇਹਦਾ ਰੂਮ, 2 ਬੰਦਿਆਂ ਵਾਸਤੇ ਇਹ ਬਹੁਤ ਵਧੀਆ ਬੇਸਮੈਂਟ ਆ। ਇੱਧਰਲੇ ਪਾਸੇ ਇੱਕ ਵਾਸ਼ਰੂਮ ਆ ਇੱਧਰਲੇ ਪਾਸੇ। ਕੈਨੇਡਾ ਦੇ ਅੰਦਰ ਹੀ 2 ਬੰਦੇ ਆਰਾਮ ਨਾਲ ਰਹਿ ਸਕਦੇ ਜੇ ਉਹਨਾਂ ਦੀ ਥਿੰਕਿੰਗ ਬੜੀ ਵਧੀਆ ਮੈਚ ਕਰਦੀ ਪਈ ਹੈ। ਅਜੇ ਹੁਣ ਬਣਾਉਣ ਲੱਗਾ ਥੋੜ੍ਹੀ ਜਿਹੀ ਮੈਗੀ, ਮੈਗੀ ਖਾ ਕੇ ਫਿਰ ਅਸੀਂ ਕਲਾਸ ਜਾਵਾਂਗੇ। ਇੱਦਾਂ ਹੀ ਦਿਨ ਨਿਕਲ ਜਾਂਦਾ। ਆਹ ਪਏ ਨੇ ਇੱਥੇ ਲੇਜ਼, ਪਰ ਇਹ ਖਾ ਨਹੀਂ ਸਕਦੇ ਕਿ ਹੋਰ ਬੰਦੇ ਦੇ ਆ, ਜਿਹੜਾ ਕਿ ਅਜੇ ਦੇ ਨਾਲ ਰਹਿੰਦਾ, ਪਰ ਚੰਗਾ ਵੀ ਲੱਗਦਾ ਕਿ ਚੀਜ਼ ਖਾਣਾ ਵੈ। ਹੁਣ ਜੀ ਆਹ ਮੈਗੀ ਬਣਾ ਰਿਹਾ, ਅਤੇ ਬਿਨਾਂ ਟਮਾਟਰ ਅਤੇ ਉੱਤੋਂ ਗੰਢਿਆਂ ਤੋਂ ਬਣਾਈ ਹੈ, ਕਿਉਂਕਿ ਟਾਈਮ ਆਪਣੇ ਕੋਲ ਥੋੜ੍ਹਾ, ਮੈਂ ਧੱਕਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਲਾਈਫ ਜਿਹੜੀ ਕੈਨੇਡਾ ਦੀ ਕੋਈ ਮਾੜੀ ਨਹੀਂ ਹੈਗੀ, ਇੰਨੀ ਬਹੁਤ ਵਧੀਆ ਲਾਈਫ। ਅਤੇ ਜੇ ਤੁਸੀਂ ਆਉਣਾ ਚਾਹੁੰਦੇ ਹੋ, ਬੜੀ ਖੁਸ਼ੀ ਨਾਲ ਆ ਸਕਦੇ ਹੋ। ਲਓ ਜੀ, ਮੈਗੀ ਬਣ ਗਈ ਆ, ਹੁਣ ਖਾ ਵੀ ਲੈ। ਅਤੇ ਇੱਥੇ ਮੈਗੀ ਦਾ ਬਹੁਤ ਵੱਡਾ ਸਹਾਰਾ, ਜਦੋਂ ਤੁਸੀਂ ਆਓ ਭੁੱਖੇ ਅਤੇ ਮੈਗੀ ਬੜਾ ਤੁਹਾਨੂੰ ਸਹਾਰਾ ਦਿੰਦੀ ਹੈ। ਹੁਣ ਜੀ ਪਹੁੰਚ ਗਏ ਅਸੀਂ ਕਾਲਜ 'ਚ, ਅਤੇ ਕੱਲ੍ਹ ਵੀ ਆ ਨੂਣ ਵਾਲੇ
ਮਜਬੂਰੀ ਦੱਸਦਾ ਹੁੰਦਾ ਜੀ ਆਹ ਕੀ ਚਾਹ ਕਰ ਪੈ ਵੀ ਕਰ। ਫਾਈਨਲੀ ਦੋਸਤੋ ਸ਼ਾਮ ਦੀ ਕਲਾਸ ਖਤਮ ਹੋ ਗਈ ਹੈ, ਟਾਈਮ ਹੋਇਆ 8:10 ਅਤੇ ਅਸੀਂ ਸਾਰੇ ਵੇਟ ਕਰ ਰਹੇ ਹਾਂ ਬੱਸ ਦੀ। ਚਲੋ ਫਿਰ ਦੋਸਤੋ, ਤੋਂ ਰਾਤ ਦੇ ਬਚ ਗਏ ਨੇ ਹੁਣ 10 ਅਤੇ ਸਫਾਈ ਕਰਕੇ ਅਸੀਂ ਸਾਰੇ ਹਟੇ ਹੈ। ਸਾਰੇ ਪਾਸੇ ਬਹੁਤ ਗੰਦ ਪਿਆ ਹੁੰਦਾ ਯਾਰ, ਮਸੀਹ 'ਤੇ ਸਫਾਈ ਕੀਤੀ ਹੈ ਅਤੇ ਸਬਜ਼ੀ ਸੁਬਜ਼ੀ ਦੇ ਬਣਾ ਲਈ, ਹੁਣ ਰੋਟੀ ਬਣਾਉਣੀ ਆ। ਅਤੇ ਬਾਹਰ ਹਜੇ ਵੀ ਦੇਖ ਲਓ ਚਾਨਣੀ ਆ, ਹਜੇ 10 ਵਜੇ ਵੀ ਹਜੇ ਚਾਨਣੀ ਹੈ। ਸੋ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦਾ, ਨੈਕਸਟ ਟਾਈਮ ਫਿਰ ਮਿਲਾਂਗਾ ਇੱਕ ਦੂਜੀ ਵੀਡੀਓ ਦੇ ਨਾਲ। ਅਤੇ ਸਬਜ਼ੀ ਹੀ ਬਣਾ ਲਈ ਹੈ, ਸਬਜ਼ੀ ਤੁਹਾਨੂੰ ਖਾਂਦੇ ਆ, ਛੋਲੇ ਬਣਾਏ ਅਸੀਂ ਅਤੇ ਰੋਟੀ ਬਣਾਈਏ। ਅੱਜ ਦੇ ਲਈ ਬਸ ਇੰਨਾ ਹੀ, ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਅਜੇ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਟੇਕ ਕੇਅਰ, ਬਾਏ ਬਾਏ।